আসসালামু আলাইকুম রাহমাতুল্লাহি ওয়াবারাকাতুহু নাজরিন আমি ਤੁਹਾਡਾ ਮੇਜ਼ਬਾਨ ਮਲਕ محمد نواਸੋ ਕੀ حاضر خدمت ناজরিন ਅੱਜ ਮੈਂ ਜਿਹੜੇ ਮਹਿਮਾਨ ਨੂੰ দাওਤ ਦਿੱਤੀ ਇੱਕ ਸਿਆਸੀ ਵਰਕਰਨ ਮੰਡੀ ਬਾউਦੀਨ ਮਾਗਰ ਸ਼ਰੀਫ ਦੇ ਨਾਲ ਇਹਨਾਂ ਦਾ ਤਾਲੁਕ ਹੈ ناজরিন ਮੈਂ اصل ਇਹਨਾਂ ਨੂੰ ਅਜਮਤ ਸਿਆਸਤ ਤਾਲੇ ਬਾਰੇ ਦੇ ਦਿੱਤੀ ਸੀ ਲੇਕਿਨ ਮੈਂ ਇਹਨਾਂ ਦੀ ਪਗੜੀ ਵੇਖ ਕੇ ਤੇ ਮਨ ਨੂੰ ਸੱਤਰ ਬੱਤੌਰ 60 80 ਦਾ ਅਸ਼ਰਾ ਯਾਦ ਆ ਗਿਆ ਤੇ ਮੈਂ ਅੱਜ ਇਹਨਾਂ ਨਾਲ ਇਸ ਸਵਾਲ ਨਾਲ ਗੱਲ ਕਰਸਾਂ ਕਿ ਜਿਹੜਾ ਸਾਡਾ ਉਹ ਕਲਚਰ ਸੀ ਯਕੀਨ ਮਨਸੂ ਮੈਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਯਾਰ ਬੜਾ ਪਿਛਲੇ ਦੌਰ ਯਾਦ ਆਇਆ ਬਚਪਨਾ ਕਿ ਉਹ ਬਾਬੇ ਸਾਡੇ ਜਿਹੜੇ ਨੂੰ ਤੇ ਉਹਨਾਂ ਨੇ ਪਟਕਾ ਨਹੀਂ ਬਲਕਿ ਅਸੀਂ ਸਿਰ ਤੂੰ ਨੰਗੇ ਹੋਣੇ ਸਾਂ ਤੇ ਸਾਨੂੰ ਉਹ ਬੜਾ ਡਾਉਟਨੇ ਸਨ ਤੇ ਅੱਜ ਮੈਂ ਜਨਾਬ ਚੌਰੀ ਲਿਆਕਤ ਸਾਹਿਬ ਨੂੰ ਜ਼ਹਿਮੋ ਦਿੱਤੀ ਹੈ ਤੇ ਆਏ ਨਾਲ ਜ਼ਰੂਰ ਸੁਣਨੇ ਆ ਅਸਲਾਮੁਅਲੈਕਮ ਚੌਚਾ ਵਲੈਕਮ ਸਲਾਮ ਕਿਵੇਂ ਚੌਚਾ ਸਾਹਿਬ ਠੀਕ ਹੋ ਹਾਂ ਸਤ ਸਾਲ ਮਾਸ਼ਾਅੱਲਾ ਤੁਸੀਂ ਸਿਆਸਤ ਦੇ ਨਾਲ ਤੇ ਜਨਾਬ ਮਨ ਬੜੇ ਮਾਝੇ ਫਰਕ ਕਰੋ ਬਸੋ ਕਿ ਸਾਹਿਬ ਤੁਹਾਡੀ ਦੁਆਵਾਂ ਦੇ ਨਾਲ ਹੀ ਇਹ ਸਾਰਾ ਕੁਝ ਇਨਸ਼ਾਅੱਲਾ ਬੜੀ ਮੈਂ ਤੇ ਖੁਸ਼ਕਿਸਮਤੀ ਸਮਝਦਾ ਵੀ ਤੁਸੀਂ ਸਾਨੂੰ ਆਪਣਾ ਕੀਮਤੀ ਥੋੜਾ ਜਿਆਦਾ ਟੈਨ ਨਹੀਂ 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 ਤੁਸੀਂ ਲੋਕ ਐਡੇ ਲੋਕ ਆਣ ਸ਼ਲਵਾਰ ਦੇ ਮੀਜ਼ਾਲੇ ਯਕੀਨ ਮਨਸੂ ਇਹਨਾਂ ਨੂੰ ਮੈਂ ਆਪਣਾ ਅਹਿਸਾਸ ਸਮਝਣਾ ਹਾਂਜੀ ਪੁੱਛ ਕਿਉਂ ਜੀ ਸਰ ਜੀ ਸਾਡੇ ਫਤਿਹਜੰਗ ਦੇ ਮੇਲੇ ਕਈ ਕਿਸਮ ਨੇ ਲੱਗਦੇ ਸਨ ਦਰਬਾਰਾਂ ਤੇ ਲੱਗਦੇ ਸਨ ਬੜਾ ਕਲਚਰ ਹੁੰਨਾ ਸੀ ਜੀ ਤੇ ਬਦਕਿਸਮਤੀ ਦੇ ਨਾਲ ਯਾਦ ਹੈ ਇਹਦੇ ਨਾਲ ਕੋਈ ਗਰਦਾਰੀ ਕੀਤੀ ਗਈ ਮੈਂ ਤਾਂ ਸਮਝਣਾ ਕਿਉਂਕਿ ਉਹ ਜਿਹੜੇ ਮੇਲੇ ਵਿੱਚ ਫਨਕਾਰ ਆਉਂਨੇ ਸਨ ਉੱਥੋਂ ਇੱਕ ਆਰਟ ਹੁੰਦਾ ਸੀ ਉੱਥੋਂ ਲੋਕ ਦੇਖ ਕੇ ਤੇ ਜਿਸ ਤਰ੍ਹਾਂ ਮੈਂ ਆਪ ਇਸ ਫੀਲਡ ਵਿੱਚ ਵੀ ਆਇਆ ਮੈਂ ਉਹਨਾਂ ਮੇਲੇ ਠੇਲੇ ਨੂੰ ਦੇਖ ਕੇ ਆਇਆ ਜੀ ਹੁਣ ਬਦਕਿਸਮਤੀ ਦੇ ਨਾਲੋਂ ਦੌੜਫੋੜ ਲੱਗੀ ਵੀ ਨੈਟ ਦਾ ਦੌਰ ਹੈ ਹਾਂ ਜੀ ਤੇ ਉਹਦੇ ਵਿੱਚ ਇਹ ਵੇਖ ਕੇ ਮਨੂ ਜਿਹੜਾ ਤੁਹਾਡਾ ਮੈਂ ਪਟਕਾ ਬੱਧਾ ਬਤਕਿਆ ਤੇ ਮੈਂ ਆਖਿਆ ਮੈਂ ਸਿਆਸਤੋ ਤਾਲਾ ਜ਼ਹਿਮਤ ਤੁਹਾਨੂੰ ਬਾਅਦ ਵਿੱਚ ਦੇਸਾਂ ਔਰ ਇਹ ਵੇਖ ਕੇ ਜਰਾ ਅੱਜ ਸਾਨੂੰ ਦੱਸੋ ਅੱਜ ਤੂੰ 33 35 40 ਸਾਲ ਪਹਿਲੇ ਕੀ ਸੀ ਸਾਡਾ ਕਲਚਰ ਤੇ ਹੁਣ ਕੀ ਹੈ ਸੋਕੀ ਸਾਹਿਬ ਬੜੀ ਮਿਹਰਬਾਨੀ ਤੁਹਾਡੀ ਸਰ ਜੀ ਗੱਲ ਹੈ ਨਾ ਇਹ ਸਾਡੇ ਜਿਹੜਾ ਨਾ ਪੰਜਾਬ ਦਾ ਜੀ ਜੀ ਬੜਾ ਕਲਚਰ ਸੀ ਸੋਹਣੀ ਮਾਈਵਾਲ ਸੋਹਣੀ ਬਾਹੀਵਾਲ ਈ ਰਾਂਝਾ ਈ ਰਾਂਝਾ ਬੈ ਸੱਸੀ ਪੁੰਨੂ ਸੱਸੀ ਪੁੰਨੂ ਤੇ ਬੈ ਯਕੀਨ ਕਰੋ ਵੀ ਇਹ ਹੁਣ ਵੀ ਇਹ ਘਰ ਪੁਰਾਣੇ ਗਾਣੇ ਨੂਰ ਜਾਂਦੇ ਪੁਰਾਣੀਆਂ ਫਿਲਮਾਂ ਵਿੱਚ ਘਰ ਦੇਖਣਾ ਅੱਛਾ ਤੇ ਮੇਰੇ ਜਿਹੜੇ ਛੋਟੇ ਬੱਚੇ ਨੇ ਨਾ ਉਹ ਬੜੇ ਹੱਸਦੇ ਨੇ ਮੇਰੇ ਨਾਲ ਵੇਖ ਕੇ ਨਾ ਉਹ ਕਹਿੰਦੇ ਨੇ ਅੱਬੂ ਪਤਾ ਨਹੀਂ ਕੀ ਸੁਣ ਰਹੇ ਨੇ ਇਹ ਉਹ ਫਲਾਟ ਬਕਾਨ ਠੀਕ ਹੈ ਤੇ ਇਹ ਸਾਡੇ ਪੰਜਾਬ ਦੀ ਜਿਹੜੀ ਪਗੜੀ ਹੈ ਨਾ ਜੀ ਜੀ ਇਸ ਨੂੰ ਬੜੀ ਇੱਜ਼ਤ ਦਿੱਤੀ ਜਾਂਦੀ ਹੈ ਬੜੀ ਇੱਜ਼ਤ ਦਿੱਤੀ ਜਾਂਦੀ ਹੈ ਪਗ ਦੀ ਲਾਜ ਰੱਖਣੀ ਪਗ ਦੀ ਲਾਜ ਹਾਏ 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 ਪੁਰਾਣੇ ਦੇ ਪੈਰਾਂ ਚ ਪੱਗ ਸੱਟੀ ਜੀ ਉਸ ਬੰਦੇ ਆਹ ਪੱਗ ਦਾ ਵਾਸਤਾ ਦਿੱਤਾ ਪੱਗ ਦਾ ਵਾਸਤਾ ਦੇਣਾ ਨਾਜ਼ਰੀਨ ਦੇਖੋ ਮੇਰਾ ਖਾਲੇ ਮੈਂ ਜੋ ਲਾਕੋ ਸਾਹਿਬ ਦੀ ਗੱਲ ਕੱਟਣਾ ਇਹ ਬੜੀ ਵੱਡੀ ਗੱਲ ਸੀ ਲੇਕਿਨ ਬਦਕਿਸਮਤੀ ਦੇ ਨਾਲ ਹੁਣ ਨਾ ਸਾਨੂੰ ਪੜਾਇਆ ਜਾ ਰਿਹਾ ਚਾ ਨੂੰ ਤੇ ਇਹ ਪਾਕ ਦੀ ਲੱਜ ਜਿਹੜੀ ਹੈ ਨਾ ਸਭ ਅਰਸ਼ਾਦ ਜੀ ਹਾਂ ਤੇ ਉਹ ਸਰ ਜੀ ਇੱਕ ਦਫਾ ਅਸੀਂ ਗੱਡੇ ਚ ਇੱਕ ਚ ਜਾ ਰਹੇ ਸੀ ਤਸਕੀਬ ਸਾਹਿਬ ਮੈਂ ਉਹ ਬੰਦੇ ਨੂੰ ਕਿਹਾ ਮੈਂ ਕਿਹਾ ਯਾਰ ਨੂਰ ਜਾਂ ਦਾ ਗਾਣਾ ਲਾ ਇੱਕ ਪੰਜਾਬੀ ਯਾਰ ਜੀ ਜੀ ਉਹ ਕਹਿੰਦਾ ਜੀ ਕਿਹੜੀ ਨੂਰ ਜਾਂ ਹਾਏ 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 ਮੈਂ ਦੋ ਪਟੀਆਂ ਜੀ ਉਹਦੇ ਮੂੰਹ ਦੇ ਉੱਤੇ ਮੈਂ ਕਿਹਾ ਉਹ ਨੂਰ ਜਾਂ ਕਰਮਾ ਉਹ ਚੋ ਬੰਦਾ ਕਿਹੜੀ ਨੂਰ ਜਾਂ ਕਿਹੜੀ ਨੂਰ ਜਾਂ ਮੈਂ ਕਿਹਾ ਉਹ ਇਤਨੀ ਬੜੀ ਪੀਰ ਮੁਰਸ਼ਦ ਨੂਰ ਜਹਾਂ ਦੇ ਇਤਨੀ ਮੰਨਣ ਵਾਲੀ ਦੁਨੀਆ ਉਸ ਦੀ ਅਗਰ ਨੂਰ ਜਹਾਂ ਜੈਸੀ ਹਸਤੀ ਮੈਂ ਬੱਚਿਆਂ ਨੂੰ ਆਪਣੇ ਨੂੰ ਲੈਕਚਰ ਦੇਣਾ ਵੀ ਅਗਰ ਉਹ ਲੈਕਚਰ ਲੜਦੀ ਉਹ ਇੰਡੀਆ ਭਾਰਤ ਚ ਜਿੱਤੇ ਮਰ ਤੋਏ ਪਾਸੇ ਜਿੱਤ ਜਾਂਦੀ ਸੀ ਅੱਛਾ ਮੈਂ ਤੁਹਾਨੂੰ ਚੋਸ਼ਾ ਵਿੱਚ ਗੱਲ ਕੱਢਣਾ ਲੋਕ ਕੁਝ ਇਨ ਫਨਕਾਰਾਂ ਨੂੰ ਬੁਰੀ ਨਜ਼ਰ ਨਾਲ ਵੇਖਦੇ ਨਾ ਜੀ ਨਾ ਕਿ ਜੀ ਇਹ ਇਹ ਵੋਵੇ ਕੋਈ ਅੰਦਰੂ ਦਰवेश ਹੋਣੇ ਜੀ ਹਾਂ ਤੁਹਾਨੂੰ ਕੀ ਪਤਾ ਕਿ ਜਿਸ ਦਿਨ ਅੱਛਾ ਮੈਂ ਤੁਹਾਨੂੰ ਬੜੇ ਇਤਫਾਕ ਦੀ ਗੱਲ ਹੈ ਉਹ ਅਜੇ ਵੀ ਖਬਰ ਲੱਗੀ ਹੋਈ ਜਿਸ ਦਿਨ ਉਸ ਇਹ ਦੁਨੀਆ ਛੋੜੀ ਏ ਹਾਂ ਜੀ ਤੇ ਮੇਰੇ ਇੱਕ ਦੋਸਤਨ ਰੋਜ਼ਨਾਮਾ ਪਾਕਿਸਤਾਨ ਦੇ ਰਿਪੋਰਟਰ ਸੀ ਤੇ ਉਹਨ ਮੈਨੂੰ ਕਾਲ ਕੀਤੀ ਕਿ ਨੂਰਜਹਾਨ ਫੌਤ ਹੋ ਗਈ ਤੇ ਤੁਸਨ ਕੀ ਕਮੈਂਟਸ ਹਾਂ ਮੈਂ ਕਿਹਾ ਜਨਤੀ ਔਰੋਤੇ ਕਹਿੰਦਾ ਦੇਖ ਲਓ ਮਰਵੀ ਮੈਂ ਕਿਹਾ ਯਾਰ ਗੱਲ ਸੁਣੋ ਮਾ ਰਮਜ਼ਾਨ 27ਵੀਂ ਰਾਤ 27ਵੀਂ ਰਾਤ ਹਾਂਜੀ ਅੱਛਾ ਔਰ ਜੁਮਾ ਜੀ ਹਾਂਜੀ ਤੇ ਯਾਰ ਮੈਂ ਕਿਹਾ ਉਹ ਇਸ ਵਿੱਚ ਤੇ ਹਿਸਾਬ ਵੀ ਕੋਈ ਨਹੀਂ ਤੇ ਫਿਰ ਉਹਨੇ ਜਦੋਂ 65 ਦੀ ਜੰਗ ਲੱਗੀ ਉਹ ਕਿ 65 ਦੀ ਮੇਰੀ ਮਤਲਬ ਮੈਨੂੰ ਉਸ ਵੇਲੇ ਹੋਸ਼ ਨਹੀਂ ਸੀ ਪੈਣ ਤੋਂ ਪਹਿਲੀ ਮਤਲਬ ਇਹ ਹੋ ਤੇ ਮੈਨੂੰ ਦੱਸਿਆ ਬਜ਼ੁਰਗਾਂ ਕਿ ਜਨਾਬ ਉਹ ਫੌਜੀਆਂ ਦੇ ਨਾਲ ਮੋਰਚੇ ਤੇ ਮੋਰਚੇ ਤੇ ਜਾ ਕੇ ਤੇ ਉਹਨੇ ਜਿਸੇ ਲਗਾਣਾ ਗਾ ਇਹ ਪੁੱਤਰ ਹਟਾ ਤੇ ਨਹੀਂ ਵਿਕਦੇ ਸਹੀ ਗੱਲ ਓਏ ਹਾਏ ਦੇਖੋ ਫੌਜੀਆਂ ਦੇ ਇਸਨੇ ਖੂਨ ਗਰਮਾਏ ਆ ਜਜ਼ਬਾ ਸੀ ਨਾ ਗਜ਼ਬਾ ਫੌਜੀਆਂ ਨੂੰ ਉਸ ਵੇਲੇ ਜ਼ਿਆਦਾ ਆਇਆ ਉਹਨਾਂ ਨੇ ਜਨਾਬ ਇੰਡੀਆ ਨੂੰ ਤੈਸ਼ ਨਾ ਕੁਮਾਰ ਤੈਸ਼ ਨੈਸ਼ ਕਰ ਛੜਿਆ ਅਰਸ਼ਾ ਤੇ ਇਹ ਇੱਕ ਦਫਾ ਮੈਂ ਦਾ ਇਹ ਜਿਹੜੀ ਹੁਣ ਕੀ ਗੁਰੂ ਕਾਰਾ ਆਈ ਹੈ ਨਵੀਂ ਜਿਹੜੀ ਨਸੀਬੋਲਾ ਨਸੀਬੋਲਾ ਜੀ ਜੀ ਇਹਦਾ ਮੈਂ ਪੜਿਆ ਜੀ ਇਹਨੇ ਕਿਹਾ ਜੀ ਕਿ ਮੈਨੂੰ ਤਰਨਮਨਾਜ਼ ਦਿੱਤਾ ਜਾਏ ਮੈਂ ਇਹਨੂੰ 10 ਗਾਲਾਂ ਕਢੀਆਂ ਮੇਰੇ ਇਤਨਾ ਗੁੱਸਾ ਚੜਿਆ ਇਸ ਨੂੰ ਕਿ ਕਰਮਾ ਵਾਲੀਏ ਤੂੰ ਨੂਰ ਜਾਨ ਦੇ ਤੇ ਤੂੰ ਪਾਸਕ ਵੀ ਨਹੀਂ ਹੈ ਤੇ ਮਤਲਬ ਮਹਾਰਸ ਤੇ ਬਾਰਡਰਾਂ ਤੇ ਜਾ ਕੇ ਗੁਰੂ ਕਾਰ ਨੇ ਗਾਉਂਦੀ ਰਹੀ ਓਏ ਹੋਏ ਔਰ ਫੌਜ ਦੇ ਖੂਨ ਗਰਮਾਏ ਨੇ ਉਸਨੇ ਆਹ ਤੇ ਤੂੰ ਉਹ ਤਰਨਮਨਾਜ਼ ਲੈਣਾ ਚਾਹੀਏ ਨੂਰ ਜਾਨੀ ਤੂੰ ਬੜਾ ਦੇਖੋ ਜੀ ਨੂਰ ਜਾਨ ਮੈਂ ਕਹਿੰਦਾ ਮੈਂ ਬੜਾ ਇਤਰਾਮ ਕਰਨਾ ਉਹਦੇ ਮੇਰੀ ਪੀਰ ਮੁਰਸ਼ਿਦ ਮੈਂ ਇਤਨਾ ਉਹਦਾ ਇਤਰਾਮ ਕਰਨਾ ਮੈਂ ਮੈਂ ਯਕੀਨ ਕਰੋ ਮੈਂ ਉਹਦਾ ਗਾਣਾ ਸੁਣ ਲਵਾਂ ਨਾ ਮੈਂ ਕਹਿੰਦਾ ਮੈਂ ਜਵਾਨ ਹੋ ਗਿਆ ਦੁਬਾਰਾ ਨਹੀਂ ਹੁਣ ਵੀ ਹਾਂਜੀ ਤੇ ਮੇਰੇ ਇਤਨੇ ਰੁੰਗਟੇ ਖੜੇ ਹੋ ਜਾਂਦੇ ਨੇ ਖੁਦਾ ਦੀ ਕਸਮ ਮੈਂ ਬਿਮਾਰ ਠਮਾਰ ਹੋਵਾਂ ਨਾ ਮੈਂ ਘਰ ਵਾਲਿਆਂ ਨੂੰ ਕਿਹਾ ਮੈਨੂੰ ਨੂਰ ਜਾਂ ਮੇਰੀ ਪਸੰਦ ਦਾ ਗਾਣਾ ਸੁਣਾ ਦੇ ਤੇ ਮੈਂ ਉੱਠ ਕੇ ਬਹਿ ਜਾਗਾ ਇਤਨੇ ਮੇਰੇ ਜਜ਼ਬਾਤ ਗਰਮ ਹੁੰਦੇ ਨੂਰ ਜਾਂ ਦੇ ਅੱਛਾ ਸਾਹਿਬ ਉਸ ਵੇਲੇ ਦਾ ਮੇਰਾ ਖਿਆਲ ਹੈ 65 70 ਤੋਂ ਬਾਅਦ ਤਕਰੀਬਨ 90 ਤੱਕ ਨਾਜ਼ਰੀਨ ਇਹ ਜਿਹੜੀਆਂ ਤਿੰਨ ਚਾਰ ਦਹਾਈਆਂ ਗੁਜ਼ਰੀਆਂ ਨਾ ਉਸ ਵੇਲੇ ਯਾਰ ਕਿਆ ਲਿਖਾਰੀ ਲਿਖਣ ਵਾਲੇ ਕਿਆ ਕੰਪੋਜ਼ਰ ਕਿਆ ਐਕਟਰ ਕਿਆ ਡਾਇਰੈਕਟਰ ਸਹੀ ਗੱਲ ਹੈ ਤੁਸੀਂ ਦੇਖੋ ਕਿ ਮਤਲਬ ਪਗੜੀ ਸੰਭਾਲ ਜਟਾ ਹਾਂਜੀ ਹਾਂ ਜੀਰਾ ਬਲੇਡ ਜੀਰਾ ਬਲੇਡ ਅੱਛਾ ਫਿਰ ਮੈਡਮ ਨੇ ਜਿਹੜਾ ਮਤਲਬ ਹੈ ਕਿ ਤੁਸੀਂ ਦੇਖੋਗੇ ਮਨੂ ਰਖ ਲੈ ਕਲੰਡਰ ਨਾਲ ਲੰਮਿਆਂ ਰੂਟਾਂ ਤੇ ਲੰਮਿਆਂ ਰੂਟਾਂ ਤੇ ਹਰ ਟਰੱਕ ਚ ਲੱਗੇ ਹੁੰਦਾ ਸੀ ਤੇ ਟਰੱਕ ਸਪੀਡੋ ਸਪੀਡ ਜਾ ਰਹੇ ਨੇ ਹਾਂਜੀ ਤੇ 4 ਘੰਟੇ ਦਾ ਕੰਮ ਜਿਹੜਾ 2 ਘੰਟੇ ਪੂ ਕਰ ਦਿੰਦਾ ਸੀ ਤੇ ਫੇਰ ਝਾਂਜੇ ਰਾਜ ਅੱਜ ਕੁਝ ਕਹਿੰਦੀ ਏ ਝਾਂਜੇ ਰਾਜ ਕੁਝ ਕਹਿੰਦੀ ਏ ਜਾਂ ਉਹਦੇ ਪੁਰਾਣੇ ਗਾਣੇ ਸਨ ਤੇਰੇ ਜੇ ਪੁੱਤ ਜੰਮਣ ਮਾਵਾਂ ਕਿਧਰੇ ਕਿਧਰੇ ਕੋਈ ਆਏ ਤੇ ਨਹੀਂ ਸੋਹਣਿਆ ਚੰਦ ਲੜਕਾ ਮਲੀ ਹੋਈ ਹੈ ਜੀ ਤੇ ਇਹ ਚੀਜ਼ਾ ਹੁਣ ਮੈਂ ਉਹ ਕਈ ਵਾਰੀ ਸਫਰ ਕੀਤਾ ਨਾ ਤੇ ਅੱਜ ਕੱਲ ਦੇ ਜਿਹੜੇ ਛੋਰ ਛਾਰ ਨੇ ਇਹਨਾਂ ਲਾਏ ਹੁੰਦੇ ਤੇਰੇ ਮੇਰੇ ਘਰ ਕੇ ਆ ਕੇ ਪਿਛੇ ਲਾ ਰਹੀ ਐ ਡਾ ਲਾ ਰਹੀ ਐ ਡਾ ਧੋਰ ਫਿਟ ਉਹ ਵੀ ਇਹ ਕਿਹੜਾ ਗਾਣਾ ਸੁਣਦੇ ਹੋ ਹਰ ਉਸ ਵੇਲੇ ਸ਼ਾਇਰੀ ਚ ਮੈਸੇਜ ਹੁੰਦਾ ਸੀ ਮੈਸੇਜ ਹੁੰਦਾ ਸੀ ਕਿ ਬੰਦੇ ਨੂੰ ਸਮਝ ਆਂਦੀ ਸੀ ਔਰ ਫਿਰ ਦੂਸਰੀ ਚੀਜ਼ ਹੈ ਸਹੀ ਲੜਕੀ ਨੇ ਚੁੰਨੀ ਸਿਰ ਤੇ ਚਾਦਰ ਲਈ ਹੁੰਦੀ ਸੀ ਸ਼ਲਵਾਰ ਕਮੀਜ਼ ਪਾਈ ਹੁੰਦੀ ਸੀ ਤੇ ਪਤਾ ਲੱਗਦਾ ਸੀ ਖੂਬਸੂਰਤੀ ਔਰ ਜਿਆਦਾ ਲੋਕਾਂ ਦਾ ਡਾਂਸ ਦੇਖੋ ਤੇ ਡਾਂਸ ਦੇਖੋ ਦੇਖੋ ਡਾਂਸ ਵੀ ਇੱਕ ਮਕਸਦ ਸੀ ਸਾਡਾ ਕਲਚਰ ਸੀ ਨਾ ਹਾਂਜੀ ਅੱਛਾ ਆਪਣਾ ਸੌਕੀ ਸਾਹਿਬ ਉਸ ਵੇਲੇ ਅਸੀਂ ਰਾਵਲਪਿੰਡੀ ਸ਼ਹਿਰ ਚ ਮੈਂ ਹੁੰਦਾ ਸੀ ਤੇ ਮੋਤੀ ਮਾਲ ਸੈਨਮ ਆ ਰਿਹਾ ਟੋ ਇਹਨਾਂ ਤੇ ਮੈਂ ਫਿਲਮ ਦੇਖਣ ਜਾਣਾ ਅੱਛਾ ਫਿਕਰ ਪਏ ਹੁੰਦਾ ਸੀ ਵੀ ਟਿਕਟ ਲੈਣਾ ਕਿਸ ਤਰ੍ਹਾਂ ਤੇ ਕੋ ਲੱਭਦੀ ਨਹੀਂ ਸੀ ਬਈ ਅੱਲਾ ਦੀ ਕਸਮ ਚੁੱਕ ਕੇ ਕਹਿ ਰਹੇ ਆ ਵੀ ਕਿਲਾ ਕਿਲਾ ਦੌਰ ਤੋਂ ਨਾ ਬੰਦੇ ਬੰਦਿਆਂ ਦੇ ਉਤੋਂ ਦੀ ਜਾਂਦੇ ਤੂੰ ਜਾਂਦੇ ਸਨ ਬਾਜ਼ੂ ਵੀ ਟੁੱਟ ਜਾਂਦੇ ਸੀ ਬਾਜ਼ੂ ਫਿਰ ਇਸ ਤਰ੍ਹਾਂ ਜੀ ਉਹ ਉਹ ਸੁਰਾਖੇ ਜਾ ਚਾਹੇ ਸੁਰਾਖੇ ਜੀ ਜਨਾਬ ਹੱਥ ਪੈ ਗਿਆ ਅਗੋਂ ਉਹਨੇ ਟਿਕਟ ਵੀ ਤੇ ਪੈਸੇ ਵੀ ਹੱਥ ਫੜਾਣੇ ਨੇ ਫੜਾਣੇ ਉਹ ਕਿਤੇ ਮੋਠੀ ਬਾਹਰ ਨਹੀਂ ਨਿਕਲਦੀ ਬਾਹਰ ਨਹੀਂ ਨਿਕਲਦੀ ਸੀ ਜਿਹੜੀਆਂ ਬਾੜੀਆਂ ਨੇ ਪਈਆਂ ਹਾਂ ਇਹ ਹੱਥ ਛਲੇ ਜਾਣੇ ਸਾਰੇ ਰਾਤੀ 12 1 ਵਜੇ ਜਨਾਬ ਅਸੀਂ ਵੇਖਤਾ ਕੇ ਆਣਾ ਲੇਕਿਨ ਇਹ ਐ ਵੀ ਸਕੂਨ ਆ ਜਾਂਦਾ ਸੀ ਔਰ ਮੈਂ ਜ਼ਿਆਦਾਤਰ ਫਿਲਮਾਂ ਦੇਖੀਆਂ ਨੇ ਸੋਕੀ ਸਾਹਿਬ ਸੁਲਤਾਨ ਰਾਏ ਦੀ ਫਿਲਮ। ਕਿਆ ਬਾਤ ਸੀ। ਹਾਂ ਜੀ। ਆਹਾ ਆਹਾ। ਯਾ ਆਸੀਆ ਤੇ ਯਾ ਅੰਜਪੂਰੀ ਚਕੋਰੀ ਇਹ ਨਾਲ ਹੁੰਦੀਆਂ ਸਨ। ਤੇ ਕਿਆ ਹੀ ਬਾਤ ਹੈ ਜੀ ਇਹਨਾਂ ਦੀ। ਔਰ ਫਿਰ ਉਸ ਲਿਖਣ ਵਾਲੀ ਦੀ ਸਟੋਰੀ ਇਹ ਹੁੰਦੀ ਸੀ ਕਿ ਜਿਹੜਾ ਇੱਕ ਵਿਲਨ ਹੁੰਦਾ ਸੀ ਨਾ ਤੇ ਇੱਕ ਹੀਰੋ ਤੇ ਨਾਲ ਜਿਹੜੇ ਅੱਛਾ ਉਹ ਸਟੋਰੀ ਵਿੱਚ ਹੁੰਦਾ ਸੀ ਕਿ ਇੱਕ ਬੰਦੇ ਨਾਲ ਜ਼ਿਆਤੀ ਹੋ ਰਹੀ ਫਿਰ ਐਂਡ ਤੇ ਦੱਸਣਾ ਇਹ ਵੇ ਕਿ ਜਿਹੜਾ ਹੱਕ ਤੇ ਇਕੱਲਾ ਰਹਿੰਦਾ ਸੀ ਲੇਕਿਨ ਆਖਰ ਜੀਤ ਉਸਦੀ ਹੁੰਦੀ ਜੀਤ ਉਸਦੇ ਹੁੰਦੇ ਸੀ ਇਹ ਹੁੰਦਾ ਸੀ ਸੱਚੀ ਗੱਲ ਕਿ ਈਮਾਨ ਨਾਲ ਜਜ਼ਬਾ ਵੀ ਹੈ ਸਹੀ ਗੱਲ ਹੈ ਹਾਂਜੀ ਈਮਾਨ ਤੇ ਕਾਇਮ ਰੋ ਤੇ ਇਹ ਗੱਲ ਜਿਹੜੀ ਹੈ ਤੇ ਔਰ ਉਹ ਜਿਹੜੇ ਸੋਕੀ ਸਾਹਿਬ ਉਹ ਜਿਹੜੀਆਂ ਕਹਾਣੀਆਂ ਬਣਦੀਆਂ ਸਨ ਨਾ ਸਹੀ ਪਿੰਡਾਂ ਦੀ ਸਖਾਫਤ ਦੇ ਨਾਲ ਵੀ ਮਤਲਬ ਇਹ ਜੋ ਕੁਝ ਹੁੰਦਾ ਸੀ ਹਾਂਜੀ ਇੱਕ ਜ਼ਗੀਰਦਾਰ ਹੁੰਦਾ ਸੀ ਇੱਕ ਗਰੀਬ ਹੁੰਦਾ ਸੀ ਹਾਂਜੀ ਤੇ ਉਹਨੇ ਉਹ ਇਸਤਾਨ ਉੱਠਨੀ ਆ ਤੇ ਫਿਰ ਉਹ ਗਰੀਬ ਨੇ ਜਨਾਬ ਉਹਨਾਂ ਨੂੰ ਵੜਨਾ ਤੇ ਟੁਕਣਾ ਵੜਨਾ ਤੇ ਟੁਕਣਾ ਹਾਂਜੀ ਆ ਇਹ ਸੁਲਤਾਨ ਰਾਹੀ ਤੇ ਮੁਸਤਾਫਾ ਕੁਰੀਸ਼ੀ ਸੁਲਤਾਨ ਰਾਹੀ ਜੈਸਾ ਅਦਾਕਾਰ ਦੇਖ ਲੋ ਦੁਬਾਰਾ ਨਹੀਂ ਜਮਣਾ ਉਹ ਜਦੋਂ ਦਾ ਵਿਚਾਰਾ ਗਿਆ ਇਸ ਦੁਨੀਆ ਤੋਂ ਫਿਲਮ ਇੰਡਸਟਰੀ ਤਬਾਹ ਹੋ ਗਈ ਅਚਾਨਕ ਹੋ ਗਈ ਸੁਣੋ ਹੁਣ ਉੱਥੇ ਜੁਗਤ ਕੀ ਹੁੰਦੀ ਸੀ ਉਹ ਤਰੇ ਅਨੇ ਟੋਟੇ ਕਰਾਂਗਾ ਤੇਰੇ ਚੋਣਾਂ ਲਈ ਥੱਕ ਜਾਣਗੇ ਨਾਜ਼ਰੀ ਉੱਚੀ ਪਿੱਤੇ ਬੋਲਿਆ ਤੇ ਅਗੂ ਮੁਸਤਾਫਾ ਕੁਰੀਸ਼ੀ ਕਿ ਨਵਾਂ ਲੱਗਣਾ ਹੈ ਸੋਹਣਿਆ ਸੋਹਣਿਆ ਉਹ ਅਸਤਾ ਜੀ ਬੋਲਦਾ ਸੀ ਅੱਛਾ ਇਹ ਹੁਣ ਰਿਦਨ ਦਾ ਕੰਮ ਸੀ ਇੰਜੀ ਗੱਲ ਉਹਨੇ ਉੱਤੇ ਸੁਰ ਦੀ ਪਿੱਤੇ ਬੋਲਣਾ ਉਹਨੇ ਤਲੀ ਪਿੱਤੇ ਬੋਲਣਾ ਤੇ ਲੋਕਾਂ ਯਕੀਨ ਮਨਸੂ ਜੀ ਉਸ ਵੇਲੇ ਸਨਮੇ ਵਿੱਚ ਟਿਕੜ ਤਲਬਣੀ ਜੀ ਫਿਰ ਉਹ ਇੱਕ ਹਾਲ ਦੇ ਵਿੱਚ ਉਹ ਸਮਾਂ ਮਚਿਆ ਹੁੰਦਾ ਸੀ ਬੜਾ ਦੇਖੋ ਮੋਲਾ ਜੱਟ ਫਿਲਮ ਜਿਹੜੀ ਹੈ ਨਾ ਇਹ ਇੰਡੀਆ ਦੇ ਵਿੱਚ ਦਰਮਿੰਦਰ ਉਹਦੇ ਬੇਟੇ ਉਹਦੀ ਸਾਰੀ ਫੈਮਿਲੀ ਹਾਂ ਉਹ ਕਹਿੰਦੇ ਨੇ ਜੀ ਅਸੀਂ ਸ਼ਾਮ ਨੂੰ ਇੱਕ ਵਾਰੀ ਰੋਜ਼ਾਨਾ ਦੇਖਣੀ ਹੁੰਦੀ ਹੈ ਫਿਲਮ ਓਏ ਹੋਏ ਹਾਂ ਜੀ ਕਿਉਂਕਿ ਜਿਹੜੀ ਉਹਦੇ ਵਿੱਚ ਬੜਕ ਹੈ ਨਾ ਬਾਰਾਏ ਗੰਡਾਸਿਆ ਤੇਰੇ ਬਿਗੈਰ ਜੱਟ ਅਧਾ ਰਹਿ ਗਿਆ ਸੀ ਓਏ ਹਾਂ ਜੀ ਇਹ ਬੜਕ ਮਾਰਦਾ ਤੇ ਸਾਰੀ ਇੰਡੀਆ ਹਿੱਲ ਜਾਂਦੀ ਏਕ ਵਾਰੀ ਖੁਦਾ ਕਿਸਮ ਯਾਰ ਕੀ ਕਹਿਣਾ ਤੇ ਇਸ ਵਾਸਤੇ ਚੌਰੀ ਸਾਹਿਬ ਫਿਰ ਪਿੰਡਾਂ ਵਿੱਚ ਸ਼ਾਦੀਆਂ ਹੁੰਨੀਆਂ ਸਾਨੂੰ ਪਿੰਡਾਂ ਦੇ ਵਿੱਚ ਇੱਕ ਮੁਹੱਬਤ ਹੁੰਦੀ ਸੀ ਮੁਹੱਬਤ ਹੁੰਦੀ ਸੀ ਚਾਹਤ ਲੈਟ ਹੁੰਦੀ ਕੋਈ ਨਹੀਂ ਸੀ ਤੇਰਾ ਤੇ ਹੁੰਦੀ ਐ ਅਸੀਂ ਵੀ ਤੁਹਾਡੇ ਪਾਸੇ ਨਹੀਂ ਹੁੰਦੀ ਅਸੀਂ ਬਾਹਰ ਜਾਂਦੇ ਆ ਮੱਝਾਂ ਪੱਠੇ ਬੁੱਥੇ ਬੰਨੇ ਹੁੰਦੇ ਤੇ ਗੀਤ ਮਾਈਏ ਆਲਮਗੋਹਾਰ ਦੀ ਜਨਾਬ ਆਵਾਜ਼ ਨਾਲ ਲੱਗੇ ਆਵਾਜ਼ਾਂ ਮਾਰੀਆਂ ਬੁਲਾਇਆ ਕਈ ਵਾਰ ਤੇ ਕਿਸੇ ਨੇ ਮੇਰੀ ਗੱਲ ਨਾ ਸੁਣੀ ਅੱਛਾ ਫਿਰ ਤੁਸੀਂ ਇਹ ਦੇਖੋ ਕਿ ਉਹ ਸਾਡੇ ਜਿਹੜੇ ਬਜ਼ੁਰਗ 100 120 ਸਾਲ ਦੇ ਮੈਂ ਆਪ ਤੱਕ ਹਾਂਜੀ ਹੁਣ 40 30 ਸਾਲ ਦੇ ਕਿ 20 ਸਾਲ ਤੇ ਇੰਜ ਜਾਨ ਜਾਨ ਜਿਹੜੇ ਨੂੰ ਡਿੰਗੇ ਹੋਏ ਪੈ ਸੋਕੇ ਸਾਹਿਬ ਉਸ ਵੇਲੇ ਖੁਰਾਕਾਂ ਬੜੀਆਂ ਸਨ ਹਾਂ ਖਾਣ ਪੀਣ ਠੀਕ ਠਾਕ ਹੁੰਦਾ ਸੀ ਤੇ ਕਿਲੋ ਕਿਲੋ ਡੇਢ ਡੇਢ 2 2 ਕਿਲੋ 2 2 ਜੇ ਠੀਕ ਲੱਗਦਾ ਸੀ ਤਾਜ਼ੀ ਤਾਜ਼ੀ ਚੋਈ ਦੇ ਪੀ ਜਾਂ ਮੱਝਾਂ ਨੂੰ ਚੁੰਗ ਲੈਣਾ ਮੂੰਹ ਲਾ ਕੇ ਤੇ ਉਹ ਇੱਕੋ ਤਾਕਤ ਹੁੰਦੀ ਸੀ ਹਾ ਹਾ ਤੇ ਹੁਣ ਤੁਸੀਂ ਅੱਛਾ ਫਿਰ ਜਾਣਾ ਸਵੇਰੇ ਸਵੇਰੇ ਉਧਰ ਬਾਹਰ ਨੂੰ ਤੇ ਮੋੜ ਕੇ ਨਾਮਾਂ ਨੂੰ ਉਹ ਗੋਂਗਲੂ ਪਟਣਾ ਐਵੇਂ ਛਾਂਡ ਕੇ ਸਾਫ਼ ਕਰਕੇ ਤੇ ਐਵੇਂ ਚੱਕਾ ਨਾਲ ਖਾਣਾ ਉਹਦੀ ਤਾਕਤ ਜ਼ਿਆਦਾ ਹੁੰਜ ਕਰਨ ਕਰਾਨ ਨਾਲੋਂ ਓਹੋ ਤੇ ਦੂਸਰਾ ਇਹ ਵੀ ਅੱਜ ਕੱਲ ਦੇ ਕਿਸੇ ਬੱਚੇ ਤੁਸੀਂ ਪਾਇਆ ਦੁੱਧ ਨਹੀਂ ਪਲਾ ਸਕਦੇ ਮੈਂ ਜੀ ਉਹਨੇ ਪੀਣੇ ਦਾ ਉਹ ਜਨਾਬ ਆਪਣਾ ਨਹੀਂ ਨਹੀਂ ਉਹ ਤਾਂ ਆਪਣੀ ਜਗ੍ਹਾ ਤੇ ਰਹਿੰਦੇ ਉਹ ਤੇ ਲੈਟਰੀ ਚੋਂ ਨਿਕਲਣਾ ਹੀ ਨਹੀਂ ਫਿਰ ਉਸਨੇ ਸਹੀ ਗੱਲ ਹੈ ਤੇ ਇਹ ਚੀਜ਼ ਹੈ ਵੀ ਉਹ ਵਕਤ ਜਿਹੜੇ ਸਨ ਨਾ ਉਹ ਵਕਤ ਬਹੁਤ ਅੱਛੇ ਸਨ ਅਨਾਥ ਸਿੰਘ ਭੱਟੀ ਇਹ ਤੱਕ ਲਓ ਹਾਂ ਉਹ ਚੰਨ ਮੇਰੇ ਮਖਣਾ ਚੰਨ ਮੇਰੇ ਮਖਣਾ ਪਟੀਆਂ ਦੀ ਫਿਲਮ ਲੱਗ ਗਈ ਜੀ ਫਿਲਮ ਅਨਾਥ ਸਿੰਘ ਭੱਟੀ ਦਾ ਭਾਈ ਕੈਫੀ ਜੀ ਜੀ ਤੇ ਜਦੋਂ ਪਟੀਆਂ ਨਹੀਂ ਫਿਲਮ ਲਗਣੀ ਤੇ ਦਿਹਾੜੀ ਲੋਕਾਂ ਗੱਲਾਂ ਕਰਨੀਆਂ ਕਿ ਪਟੀਆਂ ਨਹੀਂ ਫਿਲਮ ਲੱਗ ਗਈ ਵੀ ਸਾਂ ਅੱਜ ਅੱਜ ਰਾਤੀ 9 ਤੋਂ 12 ਵਾਲਾ ਸ਼ੋਅ ਦੇਖਣਾ ਹਾਂ ਜੀ ਹਾਂ ਇਹ ਜੀ ਹੁੰਦਾ ਸੀ ਕੀ ਬਾਤ ਹੈ ਯਾਰਾ ਯਕੀਨ ਮਨਸੂ ਤੁਸੀਂ ਕਿ ਮੈਂ ਤਾਂ ਉਸ ਚੀਜ਼ ਨੂੰ ਦੇਖ ਕੇ ਨਾ ਉਹ ਜਿਹੜਾ ਅੱਜ ਕੱਲ ਇਹ ਮੋਬਾਈਲ ਆ ਗਿਆ ਜੀ ਜੀ ਠੀਕ ਹੈ ਸਹੂਲਤ ਹੋ ਗਈ ਅੱਛਾ ਫਿਰ ਵਿਆਹ ਸੌਰੀ ਆਣੀਆਂ ਈਦਾ ਹਾਂ ਜੀ ਤੇ ਮੀਣਾ ਮੀਣਾ ਪਹਿਲੇ ਲੋਕਾਂ ਨੇ ਕਾਟ ਮਾਰਕੀਟ ਚ ਇਤਨੇ ਖੂਬਸੂਰਤ ਛੱਪੇ ਆ ਜਾਣੇ ਯਾਦ ਹੈ ਤੁਹਾਨੂੰ ਹਾਂ ਜੀ ਹਾਂ ਜੀ ਹਾਂ ਜੀ ਉਹਨਾਂ ਨੇ ਜਨਾਬ ਨੂੰ ਕਾਰਡ ਲਿਖਣਾ ਦੋਸਤੋ ਵਧਾਈ ਮubaruk ਲਿਖਣੀ ਤੇ ਉਹਨਾਂ ਦਿਨਾਂ ਚ ਪੋਸਟ ਆਫਿਸ ਵੀ ਢੇਰ ਮਾਰੇ ਹੋਣੇ ਸਨ ਸੌਕੀ ਸਾਹਿਬ ਜਿਸ ਵੇਲੇ ਸਾਡੇ ਪਿੰਡਾਂ ਦੇ ਵਿੱਚ ਸ਼ਾਦੀਆਂ ਹੁੰਦੀਆਂ ਸਨ ਨਾ ਹਾਂਜੀ ਉਸ ਵੇਲੇ ਇੱਕ ਸਪੀਕਰ ਹੁੰਦਾ ਸੀ ਬਹੁਤ ਉੱਚਾ ਕਰਕੇ ਲਾ ਆ ਉੱਚਾ ਕਰਕੇ ਆਹਾ ਤੇ ਉਹਦੇ ਵਿੱਚ ਨਾ ਇਹ ਗਾਣੇ ਨੈਸ਼ਨਲ ਪੱਟੀ ਦੇ ਚੰਨ ਮੇਰੇ ਮਖਣਾ ਆਹਾ ਹਾਂਜੀ ਤੇ ਵਗੈਰਾ ਵਗੈਰਾ ਇਸ ਤਰ੍ਹਾਂ ਦੇ ਨਾ ਨੂਰ ਜਹਾਂ ਦੇ ਗਾਣੇ ਤੇ ਨੈਸਨ ਪੱਟੀ ਦੇ ਆਲਮ ਲੋਹਾਰ ਦੇ ਆਲਮ ਲੋਹਾਰ ਦੇ ਜੀ ਜੀ ਇਹ ਉਹ ਸਪੀਕਰ ਦੇ ਵਿੱਚ ਲੱਗੇ ਹੁੰਦੇ ਸਨ ਤੇ ਕੁੰਟਾ ਵਡੀਆਂ ਵਡੀਆਂ ਆ ਕੁੰਟਾ ਵਡੀਆਂ ਤੇ ਉਹ ਜਿਹੜਾ ਨਾ ਸ਼ਾਦੇ ਵਾਲਾ ਘਾਰ ਕਿਸੇ ਕੋਲੋਂ ਪੁੱਛਣੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਜਿਹੜੇ ਘਾਰ ਸਪੀਕਰ ਲੱਗੇ ਆ ਨਾ ਵਿਆਹ ਉਸ ਘਰ ਯਾਰ ਉਹਨਾਂ ਲੋਕਾਂ ਦੀ ਮਹੱਤਤਾ ਹੁੰਦੀ ਆ ਸਾਹਿਬ ਬਹੁਤ ਜ਼ਿਆਦਾ ਮਹੱਤਤਾ ਕਿਚੌੜ ਸਾਹਿਬ ਫਰਜ਼ ਕੀ ਤਾਣਾ ਹੁਣ ਉਹ ਮੇਰੇ ਘਰ ਸ਼ਾਦੀ ਕਿਸੀ ਬੱਚੇ ਬੱਚੇ ਦੀ ਹਾਂਜੀ ਤੇ ਤੁਸੀਂ ਆਣਾ ਹੱਕ ਚਰਪਾਈ ਹਾਂਜੀ ਇੱਕ ਤਕੀਆ ਇੱਕ ਤਕੀਆ ਸਮਝਾਈ ਨੇ 32 ਹੱਥ ਵਿੱਚ 32 ਹੱਥ ਵਿੱਚ ਤੇ ਉਡਾਣ ਕੇ ਆਪੇ ਵਿਛਾਉਣਾ ਰਾਤੀ ਕੋਈ ਨੌਕਰ ਚਾਕ ਕੋਨੇ ਏਕ ਕਰਾ ਕਰੀ ਤੇ ਹੇ ਸ਼ਮਿਆਨੇ ਤੇ ਇਹ ਉਹ ਉਹਨਾਂ ਆਣ ਕੇ ਨਾਮੋ ਲਾਣਾ ਫਿਰ ਜਿਹੜੇ ਬਾਹਰੂ ਦੂਰੂ ਮਹਿਮਾਨ ਆਣੇ ਉਹਨਾਂ ਨੂੰ ਪਾਣੀ ਉਹ ਹੁੱਕਾ ਚੱਲਦਾ ਸੀ ਸਾਡੇ ਨੜੀ ਵਾਲਾ ਚੱਲਦਾ ਸੀ ਤੁਹਾਡੇ ਨੂੰ ਮੈਂ ਹੁਣ ਵੀ ਉਹ ਹੁੱਕੇ ਬਗੈਰ ਜਿਹੜਾ ਨਾ ਜੀ ਸਾਡੇ ਪਿੰਡਾਂ ਦੇ ਵਿੱਚ ਇਹ ਪਿਆਰ ਮੁਹੱਬਤ ਇਸ ਤਰ੍ਹਾਂ ਹੀ ਹੈ ਨਾ ਵੀ ਹੁੱਕਾ ਜਿੱਥੇ ਲੱਗਿਆ ਹੈ ਨਾ ਉੱਥੇ ਚਾਰ ਭਾਈ ਹੋਰ ਆ ਕੇ ਬਹਿ ਜਾਂਦੇ ਨੇ ਆਹਾ ਓਕਾ ਛਕਦੇ ਨੇ ਤੇ ਨਾਲੇ ਸਿਆਸਤ ਕਰਦੇ ਨੇ ਨਾਲੇ ਗੱਲਾਂ ਬਾਤਾਂ ਕਰਦੇ ਨੇ ਸਾਰੇ ਕਿਸੇ ਟਾਪਿਕ ਤੇ ਵੀ ਅੱਛਾ ਫਿਰ ਉੱਥੋਂ ਤੁਹਾਨੂੰ ਯਾਦ ਹੋ ਜੀ ਜਿਹੜਾ ਸਾਂਗ ਲਾਉਂਦੇ ਸਨ ਹਾਂ ਉਹ ਯਾਦ ਨੇ ਹਾਂ ਜੀ ਉਹਨਾਂ ਨੇ ਆਣਾ ਨਾਜ਼ਰੀਨ ਤੇ ਇੱਕ ਉਹ ਪਤਨੀ ਉਹ ਕਪੜਾ ਜਿਹਾ ਲਪੇਟਣਾ ਇੱਕ ਜਗ੍ਹਾ ਤੇ ਉਸ ਡੰਡੇ ਤੇ ਫਿਰ ਉੱਤੇ ਉਹਦੇ ਮਿੱਟੀ ਲਾਉਂਦੇ ਸਨ ਫਿਰ ਕੜਾ ਦੇ ਵਿੱਚ ਉਹਨਾਂ ਨੇ ਮਿੱਟੀ ਦਾ ਤੇਲ ਪਾਣਾ ਯਾਦ ਹੈ ਤੁਹਾਨੂੰ ਮਸ਼ਾਲ ਹਾਂ ਜੀ ਹਾਂ ਜੀ ਅੱਛਾ ਉਹਨਾਂ ਇੰਜ ਕਰਕੇ ਨੇ ਤਾਂ ਉਹ ਇੰਜ ਬਲਦੀ ਹੁੰਦੀ ਸੀ ਆਹੋ ਇਸ ਤਰ੍ਹਾਂ ਬਲਦੀ ਅੱਛਾ ਪੂਰੀ ਰਾਤ ਉਹ ਯਾਨੀ ਕਿ ਉਹ ਡੰਡੇ ਨੂੰ ਅਗਨੀ ਸੀ ਪੈਣੀ ਉਸ ਵੇਲੇ ਫਿਰ ਦਰਜਾਸਤ ਹੁੰਦੀ ਜੀ ਨੇ ਤਾਂ ਫਿਰ ਉਹ ਉਹ ਮਸ਼ਾਲ ਅੱਲਾ ਇੰਜ ਕਰਕੇ ਨਾਮ ਉਹ ਫਿਰ ਇਸ ਤਰ੍ਹਾਂ ਤੇ ਯਾਰ ਉਹਨਾਂ ਨੇ ਹੀਰ ਰਾਂਝਾ ਸੋਹਣੀ ਮਹੀਂਵਾਲ ਉਹਨਾਂ ਨੇ ਜਾ ਉਹਨਾਂ ਨੇ ਕਰਤੂਬ ਦਿਖਾਣਾ ਅੱਛਾ ਫਿਰ ਉਹਨਾਂ ਨੇ ਕੀ ਕਰਨਾ ਯਕੀਨ ਮਨਸੂਬਈ ਸੋਹਣੀ ਜਦੋਂ ਦਰਿਆ 'ਚ ਗਈ ਹੈ ਨਾ ਤੇ ਉਹਨੇ ਜਨਾਬ ਕੀ ਕਰਨਾ ਭਾਈ ਉਹ ਇੱਕ ਕਪੜਾ ਐਸਾ ਪਰਦੇ ਸਾਨੂੰ ਲਾਈਟਿੰਗ ਕੇ ਬੰਦਾ ਆਉਂਦਾ ਹੈ ਦਰਿਆ ਦੇ ਵਿੱਚ ਉਹਨ ਜਾ ਰਹੇ ਉਹਨੂੰ ਅਸੀਂ ਸਾਂਗ ਕਹਿੰਦੇ ਹਾਂ ਤੁਸੀਂ ਕੀ ਕਹਿੰਦੇ ਹੋ ਉਹਨਾਂ ਸ਼ੀਮੇਲ ਖੁਸਰੇ ਜਿਹੜੇ ਕਰਦੇ ਸਨ ਅਸੀਂ ਉਹਨੂੰ ਸਾਂਗ ਕਹਿੰਦੇ ਸੀ ਹਾਂ ਅਸਾਂਗ ਹੀ ਅਸੀਂ ਵੀ ਤੁਸੀਂ ਸਾਂਗ ਕਹਿੰਦੇ ਹੋਂਗੀ ਕਹਿੰਦੇ ਫਲਾਣ ਨੇ ਸਾਂਗ ਬਣਾਇਆ ਬੜਾ ਅੱਛਾ ਬਣਾਇਆ ਤੇ ਫਿਰ ਕੋਈ 100 ਫੁੱਟ ਨੇ ਬੌਸ ਤੇ ਇੱਕ ਬੰਦੇ ਨੂੰ ਚਾੜ੍ਹ ਕੇ ਉੱਤੇ ਖਿਲਾੜਨਾ ਉਹ ਕਹਣਾ ਹੁਣ ਠੀਕ ਹੈ ਕਹਿੰਦਾ ਦੋਹਾਂ ਸ਼ਾਦੀਆਂ ਵਾਲੇ ਕੋਲ ਫਿਰ ਵੀ ਬੇਤੋਰਾ ਹਾਂ ਤੇ ਗੱਲੇ ਵੇ ਤੁਸੀਂ ਬੜੀ ਮਿਹਰਬਾਨੀ ਤੁਸੀਂ ਨੇ ਮੈਨੂੰ ਆਪਣਾ ਕੀਮਤੀ ਵਕਤ ਦਿੱਤਾ ਤੇ ਗਾਏ ਪਗਾ ਜਨਾਬ ਮੈਂ ਕਰਨੀ ਤੁਹਾਡੇ ਨਾਲ ਸਿਆਸਤ ਤੇ ਗੱਲ ਸੀ ਲੇਕਿਨ ਤੁਹਾਡਾ ਮੈਂ ਮਿਲਿਆ ਜਦੋਂ ਤੇ ਉਹਦੇ ਵਿੱਚ ਮੈਨੂੰ ਇਹ ਲੱਗਾ ਕਿ ਤੁਹਾਡੇ ਦੇ ਅੰਦਰ ਸੂਫੀ ਵੀ ਹਾਜ਼ਰ ਹੈ ਤੇ ਇਨਸ਼ਾਅੱਲਾ ਉਹਦੇ ਵਿੱਚ ਇਹ ਵੀ ਕਿ ਮੈਨੂੰ ਗਾਇ ਪ੍ਰਗਟਾਉਣ ਦਾ ਟਾਈਮ ਦੇਸੋ ਤੇ ਨਾਜ਼ਰੀਨ ਇਸੇ ਦੇ ਨਾਲ ਮੌਲਕ ਮੁਹੰਮਦਵਾਸੋਕੀ ਤੇ ਚੌਰੀ ਲਾਕਤ ਸਾਹਿਬ ਨੂੰ ਦਿਓ ਇਜਾਜ਼ਤ ਅਗਲੇ ਪ੍ਰੋਗਰਾਮ ਤੱਕ ਅੱਲਾ ਸੋਹਣੇ ਨੇ ਵਾਦ ਅੱਲਾ ਸੋਹਣੇ ਨੇ ਵਾਦ